ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਂਗੇ ਗੁਰਜੀਤ ਮਿਨਹਾਸ ਜੀ ਨਾਲ, ਜਿਹੜੇ ਕਿ ਇੱਕ ਰਜਿਸਟਰਡ ਨਰਸ ਨੇ। ਇਹ ਸਰੀ ਮੈਮੋਰੀਅਲ ਹੋਸਪਿਟਲ ਦੇ ਬਰਥਿੰਗ ਯੂਨਿਟ ਵਿੱਚ ਵੀ ਕੰਮ ਕਰਦੇ ਨੇ ਅਤੇ ਉਸ ਤੋਂ ਇਲਾਵਾ ਕੁਆਂਟਲਨ ਪੋਲੀਟੈਕ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਂਦੇ ਨੇ। ਇੱਕ ਨਵੀਂ ਸੀਰੀਜ਼ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਕਿ ਅਸੀਂ ਖਾਸ ਤੌਰ 'ਤੇ ਲੇਡੀਜ਼ ਨੂੰ ਫੋਕਸ ਕਰਨਗੇ ਜਿਹੜੇ ਕਿ ਮਦਰਸ ਬਣਨੀਆਂ ਚਾਹੁੰਦੀਆਂ ਨੇ। ਇਸ ਸੰਬੰਧ ਵਿੱਚ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਮਹੱਤਵਪੂਰਨ ਜਾਣਕਾਰੀ ਸ਼ੇਅਰ ਕਰਿਆ ਕਰਨਗੇ, ਪਰ ਆਓ ਅੱਜ ਮੁਲਾਕਾਤ ਕਰਵਾਉਂਦੇ ਹਾਂ ਅਤੇ ਇਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ ਕਿੰਨੇ ਸਮੇਂ ਤੋਂ ਇਸ ਕੰਮ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਸ ਤੋਂ ਤੁਸੀਂ ਵੀ ਕਿਵੇਂ ਫਾਇਦਾ ਲੈ ਸਕਦੇ ਹੋ। ਜੈਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਜੀਤ ਜੀ, ਥੋੜ੍ਹਾ ਪਿਛੋਕੜ ਕਿ ਤੁਸੀਂ ਇਸ ਸਿਸਟਮ ਨਾਲ ਕਦੋਂ ਤੋਂ ਤੁਸੀਂ ਜੁੜੇ ਹੋਏ, ਕੈਨੇਡਾ ਕਦੋਂ ਆਏ ਅਤੇ ਇੱਥੇ ਆ ਕੇ ਤੁਸੀਂ ਜਿਸ ਤਰ੍ਹਾਂ ਪੜ੍ਹਾ ਵੀ ਰਹੇ ਹੋ, ਨਾਲ ਤੁਸੀਂ ਸਰੀ ਮੈਮੋਰੀਅਲ ਹੋਸਪਿਟਲ 'ਚ ਵੀ ਕੰਮ ਕਰ ਰਹੇ ਹੋ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਹਾਡਾ ਇੰਟਰਸਟ ਸੀ ਇਹ ਜਾਂ ਜਸਟ ਬਿਕੋਜ਼ ਜਦੋਂ ਵੀ ਕੋਈ ਇਮੀਗ੍ਰੈਂਟ ਇੱਥੇ ਆਉਂਦਾ ਹੈ ਕੋਈ ਵੀ ਜੋਬ ਮਿਲ ਜਾਏ ਉਹਦੇ 'ਚ ਚਲੇ ਜਾਂਦਾ ਹੈਗਾ? ਬਹੁਤ ਵਧੀਆ। ਮੇਰਾ ਬੈਕਗ੍ਰਾਊਂਡ ਐਕਚੁਅਲੀ 33 ਈਅਰਸ ਤੋਂ ਉੱਪਰ ਮੈਟਰਨਿਟੀ ਫੀਲਡ ਦੇ ਵਿੱਚ ਆ। ਅੱਛਾ ਜੀ। ਔਰ ਸ਼ੁਰੂ ਤੋਂ ਹੀ ਮੈਂ ਮੈਟਰਨਿਟੀ ਵਿੱਚ ਹੀ ਮੇਰਾ ਇੰਟਰਸਟ ਰਿਹਾ ਆ ਜੀ। ਪ੍ਰੈਗਨੈਂਸੀ ਦੇ ਔਰ ਚਾਈਲਡ ਬਰਥ ਦੇ ਵਿੱਚ ਮੇਰਾ ਪੂਰਾ ਫੋਕਸ ਹਮੇਸ਼ਾ ਹੀ ਰਿਹਾ। 2001 ਵਿੱਚ ਐਕਚੁਅਲੀ ਕੈਨੇਡਾ ਆਏ ਹਾਂ। ਉਸ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਜਾ ਕੇ ਮਾਸਟਰਸ ਡਿਗਰੀ ਕੀਤੀ ਸੀ ਜੀ। ਮੈਨੂੰ ਸਕਾਲਰਸ਼ਿਪ ਮਿਲੀ ਸੀ ਮੈਟਰਨਿਟੀ ਨਰਸਿੰਗ ਰਿਸਰਚ ਕੀਤਾ ਉੱਥੇ। ਉਸ ਤੋਂ ਬਾਅਦ ਨਿਊਜ਼ੀਲੈਂਡ ਵੀ ਅਸੀਂ ਰਹੇ ਹਾਂ। ਔਰ 2001 ਵਿੱਚ UBC ਹੋਸਪਿਟਲ ਨੇ ਮੈਨੂੰ ਐਕਚੁਅਲੀ ਸਪੋਂਸਰ ਕੀਤਾ ਸੀ, ਤਾਂ ਮੈਂ ਸਾਲ ਦਾ ਉਹਨਾਂ ਨਾਲ ਕੰਟਰੈਕਟ ਸੀਗਾ ਜੀ। ਉਸ ਤੋਂ ਬਾਅਦ ਸਰੀ ਮੈਮੋਰੀਅਲ ਹੋਸਪਿਟਲ ਮੈਂ ਜੁਆਇਨ ਕੀਤਾ ਬਰਥਿੰਗ ਯੂਨਿਟ ਦੇ ਵਿੱਚ, ਔਰ ਉੱਥੇ ਮੈਂ 7-8 ਸਾਲ ਕੰਮ ਕੀਤਾ ਪੂਰਾ ਫੁੱਲ ਟਾਈਮ। ਪ੍ਰੈਗਨੈਂਸੀ, ਹਾਈ ਰਿਸਕ, ਚਾਈਲਡ ਬਰਥ, ਸਾਰਾ ਇਹ ਸਾਰੇ ਏਰੀਆਜ਼ ਦੇ ਉੱਤੇ ਮੇਰਾ ਫੋਕਸ ਸੀਗਾ। ਫਿਰ ਮੈਂ ਟੀਚਿੰਗ ਸਟਾਰਟ ਕੀਤੀ ਕੁਆਂਟਲਨ ਯੂਨੀਵਰਸਿਟੀ ਨਰਸਿੰਗ ਸਟੂਡੈਂਟਸ ਦੀ, ਜਿਹੜੇ ਕਿ ਬੈਚਲਰਸ ਨਰਸਿੰਗ ਪ੍ਰੋਗਰਾਮ ਆ। ਔਰ ਉਸ ਤੋਂ ਬਾਅਦ ਹੁਣ ਵੀ ਟੀਚਿੰਗ ਔਰ ਮੇਰਾ ਪ੍ਰੈਕਟੀਕਲ ਦੋਨੋਂ ਹੀ ਚੱਲਦੇ ਆ। ਰਾਈਟ। ਪ੍ਰੈਗਨੈਂਸੀ, ਹਾਈ ਰਿਸਕ, ਚਾਈਲਡ ਬਰਥ, ਇੱਕ ਮਾਂ ਜਿਹੜਾ ਇੱਕ ਔਰਤ ਦੇ ਮਨ ਵਿੱਚ ਹਮੇਸ਼ਾ ਹੀ ਇੱਕ ਉਮੰਗ ਹੁੰਦੀ ਹੈ ਮਾਂ ਦੀ ਜਿਹੜੀ ਦਰਜਾ ਹੈ ਉਹਨੂੰ ਮਿਲੇ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਸਮਾਂ ਬਦਲ ਰਿਹਾ ਹੈਗਾ, ਪਰਿਸਥਿਤੀਆਂ ਬਦਲ ਰਹੀਆਂ ਹੈਗੀਆਂ ਨੇ, ਲੇਟਰ ਪ੍ਰੈਗਨੈਂਸੀਜ਼ ਹੋ ਰਹੀਆਂ ਨੇ, ਜਿਹੜੇ ਬੱਚੇ ਨੇ ਪਹਿਲਾਂ ਆਪਣੇ ਆਪ ਨੂੰ ਸੈਟਲ ਕਰਨਾ ਚਾਹੁੰਦੇ ਨੇ, ਸੈਟਲ ਕਰਦੇ ਕਰਦੇ 30-35 ਸਾਲ 40 ਸਾਲ ਤੱਕ ਵੀ ਉਮਰ ਚਲੀ ਜਾਂਦੀ ਹੈਗੀ ਹੈ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਉਂਕਿ ਤੁਸੀਂ ਜਿਸ ਤਰ੍ਹਾਂ ਕਿ ਤੁਹਾਡਾ ਵਾਸਟ ਐਕਸਪੀਰੀਅੰਸ ਹੈਗਾ, ਕੀ ਇਹ ਸਿਰਫ ਅਸੀਂ ਸੁਣਦੇ ਹੀ ਹਾਂ ਜਾਂ ਵਾਕਿਆ ਵਿੱਚ ਹਕੀਕਤ ਹੈ, ਇਹਦਾ ਕੀ ਇੰਪੈਕਟ ਪੈ ਰਿਹਾ ਹੈਗਾ? ਇਹਦਾ ਕਾਫੀ ਜ਼ਬਰਦਸਤ ਇੰਪੈਕਟ ਪੈ ਰਿਹਾ, ਕਿਉਂਕਿ ਅੱਜ ਕੱਲ੍ਹ ਸਾਰੇ ਜਣੇ ਪਹਿਲਾਂ ਤਾਂ ਕਿੰਨੇ ਸਾਲ ਆਪਣੇ ਐਜੂਕੇਸ਼ਨ ਕਰਦੇ ਆ, ਉਸ ਤੋਂ ਬਾਅਦ ਕਰੀਅਰ ਦੇ ਵਿੱਚ ਜਾਂਦੇ ਆ, ਔਰ ਕੋਈ ਕਰੀਅਰਸ ਇਸ ਤਰ੍ਹਾਂ ਆ ਕਿ ਉਹਨਾਂ ਦੇ ਵਿੱਚ ਸਕੋਪ ਹੈਗਾ ਕਿ ਤੁਸੀਂ ਜੇ ਤੁਹਾਨੂੰ ਪ੍ਰੈਗਨੈਂਟ ਹੋ ਗਏ ਆ, ਤੁਹਾਨੂੰ ਬੱਚਾ ਹੋਣਾ ਆ, ਦੇ ਹੈਲਪ ਯੂ, ਤੁਹਾਨੂੰ ਮੈਟਰਨਿਟੀ ਲੀਵ ਮਿਲਦੀ ਆ, ਸਾਰਾ ਕੁਝ ਹੁੰਦਾ। ਲੇਕਿਨ ਕੁਝ ਕਰੀਅਰਸ ਇੰਨੇ ਕੰਪੈਟੀਟਿਵ ਹੁੰਦੇ ਆ ਕਿ ਉਹਦੇ ਵਿੱਚ ਬੰਦਾ ਆਪਣਾ ਚਾਈਲਡ ਬਰਥ ਪੋਸਟਪੋਨ ਕਰ ਦਿੰਦਾ ਹੈ। ਉੱਥੇ ਆ ਕੇ ਕੁਝ ਪ੍ਰੋਬਲਮਸ ਆਉਂਦੇ ਆ ਜਿਹੜੇ ਕਿ ਲੇਟ ਉਹਨੂੰ ਕਹਿੰਦੇ ਆ ਕਿ ਲੇਟਰ ਏਜ ਤੇ ਪ੍ਰੈਗਨੈਂਸੀਜ਼, ਜਿਹਦੇ ਵਿੱਚ ਬੱਚੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਔਰ ਮਦਰ ਨੂੰ ਵੀ। ਸੋ ਇਹ ਦੋਨੋਂ ਹੀ ਥੋੜ੍ਹੇ ਜਿਹੇ ਹਾਈ ਰਿਸਕ ਹੋ ਜਾਂਦਾ। ਓਕੇ, ਹੁਣ ਅਸੀਂ ਸੀਰੀਜ਼ ਜਿਹੜੀ ਸ਼ੁਰੂ ਕਰਨ ਜਾ ਰਹੇ ਜੀ ਪ੍ਰੈਗਨੈਂਸੀ ਅਤੇ ਚਾਈਲਡ ਬਰਥ, ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿਹੜੀ ਕਿਹੜੀ ਚੀਜ਼ਾਂ 'ਤੇ ਫੋਕਸ ਕਰੋਗੇ ਜੀ? ਮੇਰੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਆ ਕਿ ਪ੍ਰੈਗਨੈਂਸੀ ਦੇ ਵਿੱਚ ਆਪਣੀ ਮਾਂ ਆਪਣੀ ਦੇਖਭਾਲ ਕਿੱਦਾਂ ਕਰਦੀ ਆ। ਜੇ ਉਹ ਆਪਣੇ ਆਪ ਨੂੰ ਇਗਨੋਰ ਕਰਦੀ ਆ, ਉਹਦਾ ਇਫੈਕਟ ਬੱਚੇ 'ਤੇ ਹੁੰਦਾ ਹੈ। ਰਾਈਟ। ਨੋਟ ਓਨਲੀ ਕਿ ਆਪਣੀ ਉਹ ਸਿਹਤ, ਖਾਣੇ ਪੀਣਾ, ਐਕਸਰਸਾਈਜ਼, ਉਹਦੇ ਇਲਾਵਾ ਇੱਕ ਆਪਣੇ ਸੋਚ ਦਾ ਵੀ ਬਹੁਤ ਇੰਪੋਰਟੈਂਸ ਆ ਕਿ ਉਹ ਕਿਹੜੀਆਂ ਚੀਜ਼ਾਂ ਸੋਚਦੀ ਆ, ਲੋਕਾਂ ਦੇ ਗੱਲਾਂ ਦੇ ਵਿੱਚ ਆਉਂਦੀ ਆ ਕਿ ਨਹੀਂ, ਉਹਦੇ ਇਮੋਸ਼ਨਸ ਕਿੱਦਾਂ ਰਹਿੰਦੇ ਆ, ਉਹ ਖੁਸ਼ ਰਹਿੰਦੀ ਆ, ਕਿਸ ਤਰ੍ਹਾਂ ਦਾ ਉਹ ਆਪਣਾ ਡੇ ਟੂ ਡੇ ਲਾਈਫ ਉਹਦਾ ਰਹਿੰਦਾ ਆ, ਉਹ ਕਿੱਦਾਂ ਦੀਆਂ ਗੱਲਾਂ ਸੁਣਦੀ ਆ, ਇਹ ਸਾਰਾ ਵੀ ਬਹੁਤ ਮਹੱਤਵਪੂਰਨ ਆ। ਓਕੇ, ਐਂਡ ਉਹਦੇ ਨਾਲ ਕਿਉਂਕਿ ਇਹ ਇੱਕ ਟੋਪਿਕ ਐਸਾ ਹੈਗਾ ਜਿਹਦੇ ਬਾਰੇ, ਕਿਉਂਕਿ ਇੱਕ ਲੇਡੀ ਨੇ ਪਹਿਲੀ ਵਾਰੀ ਮਾਂ ਬਣਨਾ ਹੁੰਦਾ ਹੈ, ਐਕਸਪੀਰੀਅੰਸ ਕੋਈ ਨਹੀਂ ਹੈਗਾ, ਆਲੇ ਦੁਆਲੇ ਜੋ ਸਿਰਫ ਘਰ ਦੇ ਵਿੱਚ ਹੀ ਗੱਲਬਾਤ ਹੁੰਦੀ ਹੈ ਉਸ ਤੋਂ ਹੀ ਉਹ ਕੁਝ ਸਿੱਖ ਸਕਦੇ ਨੇ, ਜਿਹੜਾ ਤੁਸੀਂ ਓਵਰਆਲ ਜਦੋਂ ਦੇਖਦੇ ਹੋ ਮੇਨ ਸਟ੍ਰੀਮ ਨੂੰ ਆਪਣੀ ਕਮਿਊਨਿਟੀ ਨਾਲ ਕੰਪੇਅਰ ਕਰਦੇ ਹੈਗੇ ਹੋ,
ਤੁਸੀਂ ਦੋਨਾਂ ਨਾਲ ਹੀ ਡੀਲ ਕਰਦੇ ਹੈਗੇ ਹੋ, ਵਾਟ ਡਿਫਰੈਂਸਿਸ ਡੂ ਯੂ ਫਾਈਂਡ, ਕੀ ਨਜ਼ਰ ਆ ਰਿਹਾ ਤੁਹਾਨੂੰ? ਮੈਨੂੰ ਇੱਕ ਦੋ ਚੀਜ਼ਾਂ ਬਹੁਤ ਸਟ੍ਰਾਈਕ ਕਰਦੀਆਂ ਔਰ ਕਾਫੀ ਪਰੇਸ਼ਾਨ ਵੀ ਕਰਦੀਆਂ, ਔਰ ਉਹ ਹੈਗਾ ਕਿ ਸਾਡੇ ਫਸਟ ਟਾਈਮ ਮਮਸ ਜਿਹੜੇ ਆ ਕਿ ਟੋਟਲੀ ਕਈ ਵਾਰ ਅਨਪ੍ਰਪੇਅਰਡ ਆਉਂਦੇ ਆ ਜੀ, ਔਰ ਉਹਨਾਂ ਦੇ ਨਾ ਪ੍ਰਪੇਅਰ ਹੋਣ ਦੇ ਨਾਲ ਉਹਨਾਂ ਨੂੰ ਫੇਸ ਕਰਨਾ ਪੈਂਦਾ ਹੈ ਸੀ ਸੈਕਸ਼ਨ ਦਾ ਬਹੁਤ ਹਾਈ ਰੇਟ, ਰਾਈਟ? ਯਾਨੀ ਕਿ ਜੇ ਉਹ ਕੁਛ ਆਪਣੀ ਪ੍ਰੈਪਰੇਸ਼ਨ ਪਹਿਲਾਂ ਕਰ ਲੈਣ, ਆਪਣੇ ਆਪ ਦੇ ਵਿੱਚ ਐਂਪਾਵਰ ਕਰ ਲੈਣ, ਤਾਂ ਸਾਡਾ ਸੀ ਸੈਕਸ਼ਨ ਦਾ ਰੇਟ ਜਿਹੜਾ ਕਿ ਇਸ ਵੇਲੇ ਬਹੁਤ ਹਾਈ ਚੱਲਦਾ, ਮੈਂ ਕਹਿ ਨਹੀਂ ਸਕਦੀ ਤੁਹਾਨੂੰ ਕਿੰਨਾ ਹਾਈ, ਲੇਕਿਨ ਬਹੁਤ ਹਾਈ ਚੱਲ ਰਿਹਾ ਆ, ਔਰ ਇਟਸ ਅਲਾਰਮਿੰਗ, ਬਹੁਤ ਡਰ ਲੱਗਦਾ ਦੇਖ ਕੇ, ਕਿਉਂਕਿ ਫਸਟ ਟਾਈਮ ਜਦੋਂ ਸੀ ਸੈਕਸ਼ਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਸਕੋਪ ਬਹੁਤ ਵੱਧ ਜਾਂਦਾ ਕਿ ਸੈਕਿੰਡ ਥਰਡ ਸੀ ਸੈਕਸ਼ਨ ਹੀ ਹੋਵੇ, ਰਾਈਟ? ਸੋ ਇਹ ਚੀਜ਼ ਮੈਨੂੰ ਕਾਫੀ ਪਰੇਸ਼ਾਨ ਕਰਦੀ ਆ। ਸੋ ਬਿਲਕੁਲ ਆਪਣੀ ਕਮਿਊਨਿਟੀ ਲਈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਿਸਕਸ ਅਬਾਊਟ ਦਿਸ ਇਸ਼ੂਜ਼, ਤਾਂ ਕਿ ਸਾਡੇ ਨਿਊ ਮੋਮਸ ਨੇ ਜਿਹੜੇ ਉਹ ਪ੍ਰਿਪੇਅਰ ਹੋਣ, ਜਿਸ ਤਰ੍ਹਾਂ ਤੁਸੀਂ ਕਿਹਾ, ਅਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੀ ਜਨਰਲ ਇਨਫੋਰਮੇਸ਼ਨ ਹੈਗੀ ਇਸ ਟੋਪਿਕ ਬਾਰੇ ਤੁਸੀਂ ਦੱਸੋਗੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਸ਼ੁਰੂ ਕਰਾਂਗੇ ਸਟਾਰਟ ਤੋਂ ਸਕਰੈਚ ਤੋਂ ਲੈ ਕੇ ਆਫਟਰ ਦ ਬਰਥ, ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹਦੇ ਨਾਲ ਕਿ ਮਾਂ ਵੀ ਸਵਸਥ ਰਹੇ ਅਤੇ ਬੱਚਾ ਵੀ ਜਿਹੜਾ ਹੈਗਾ ਉਹ ਸਿਹਤਮੰਦ ਰਹੇ। ਥੈਂਕ ਯੂ ਵੈਰੀ ਮੱਚ ਫੋਰ ਇਟ। ਥੈਂਕ ਯੂ।